ਨਮਸਕਾਰ ਖਬਰਾਂ ਦੇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋ ਅਤੇ ਉਪ ਮੁੱਖ ਮੰਤਰੀ ਸਚੀਨ ਪਾਇਲਟ ਵਿਚਾਲੇ ਸਿਆਸੀ ਰੇਡ ਕਾਰਜ ਜਾਰੀ ਜੈਪੁਰ ਦੇ ਵਿੱਚ ਅੱਜ ਫਿਰ ਕਾਂਗਰਸ ਵਿਦਵਾਨਕਾਰ ਪਾਰਟੀ ਦੀ ਮੀਟਿੰਗ ਹੋ ਰਹੀ ਹੈ ਉਤਰੀ ਲਦਾਖ ਦੇ ਵਿੱਚ ਪਾਰਾਚੀਨ ਸਰਹੱਦ ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾ ਨੂੰ ਘੱਟ ਕਰਨ ਦੇ ਲਈ ਲੈਫਟੀਨੈਂਟ ਜਰਨਲ ਪੱਧਰ ਤੇ ਚੌਥੀ ਪੜਾ ਦੀ ਗੱਲਬਾਤ ਅੱਜ ਹੋ ਰਹੀ ਹੈ ਪਾਰ ਦੇ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦਾ ਆਂਕੜਾ 9 ਲੱਖ ਤੋਂ ਪਾ ਹੁਣ ਤੱਕ 571460 ਕਰੋਨਾ ਮਰੀਜ਼ ਸਿਹਤਯਾਬ ਹੋਏ ਕਰੋਨਾ ਵਾਇਰਸ ਨੂੰ ਠੀਕ ਹੋਣ ਦੀ ਦਰ 63% ਤੇ ਬਰਕਰਾਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਸੰਬੰਧੀ ਚੁਕੇ ਕਦਮਾਂ ਦਾ ਇੱਕ ਕੁਝ ਪਦਰੀ ਮੀਟਿੰਗ ਦੌਰਾਨ ਲਿਆ ਜਾਇਜ਼ਾ ਭਾਰਤ ਯੂਪੀ ਯੂਰਪੀ ਯੂਨੀਅਨ ਸੰਮੇਲਨ ਦੀ ਵਰਚੁਅਲ ਮੀਟਿੰਗ ਪਲਕੇ ਸੰਮੇਲਨ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਰਪੀ ਯੂਨੀਅਨ ਕਮਿਸ਼ਨ ਤੇ ਯੂਰਪੀ ਕੌਂਸਲ ਦੇ ਪ੍ਰਧਾਨਾਂ ਦੇ ਨਾਲ ਸਾਂਝੇ ਤੌਰ ਤੇ ਕਰਨਗੇ ਜੰਮੂ ਕਸ਼ਮੀਰ ਵਿੱਚ ਆਉਣ ਵਾਲੇ ਸੈਲਾਨੀਆਂ ਦੇ ਲਈ ਪ੍ਰਸ਼ਾਸਨ ਨੇ ਅੱਜ ਤੋਂ ਖੋਲੇ ਦਰਵਾਜ਼ੇ ਕੋਵਿਡ-19 ਦੇ ਮੱਦੇਨਜ਼ਰ ਸੈਲਾਨੀਆਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਿਚਕਾਰ ਸਤਾ ਨੂੰ ਲੈ ਕੇ ਪਿਆਰੇਡ ਕਾ ਜਾਰੀ ਹੈ ਇਹ ਰੇਡ ਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਬਾਗੀ ਸੁਰਾਂ ਤੋਂ ਬਾਅਦ ਪੈਦਾ ਹੋਇਆ ਹੈ ਇਸ ਦੌਰਾਨ ਜੈਪੁਰ ਦੇ ਵਿੱਚ ਫਿਰ ਕਾਂਗਰਸ ਵਿਧਾਨਕਾਰ ਪਾਰਟੀ ਦੀ ਬੁਲਾਈ ਮੀਟਿੰਗ ਜਾਰੀ ਹੈ ਕਾਂਗਰਸ ਨੇ ਬਾਗੀ ਵਿਧਾਨਕਾਰਾਂ ਤੇ ਮੰਤਰੀਆਂ ਨੂੰ ਪਾਰਟੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਹੈ ਉਧਰ ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨੀ ਕਾਇਦੇ ਪ੍ਰਧਾਨ ਤੀਸ਼ ਪੁਨੀਆ ਨੇ ਕਿਹਾ ਕਿ ਪਾਰਟੀ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੀ ਹੈ ਤੇ ਪਾਰਟੀ ਹਾਈ ਕਮਾਂਡ ਸਹੀ ਸਮੇਂ ਤੇ ਫੈਸਲਾ ਲਵੇਗੀ ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਅਸ਼ੋਕ ਗਹਿਲੋ ਤੇ 101 ਵਿਧਾਨਕਾਰਾਂ ਦੇ ਸਮਰਥਨ ਦਾ ਦਾਵਾ ਕਰ ਰਹੇ ਨੇ ਜਦਕਿ ਸਚਿਨ ਪਾਇਲਟ ਵੀ 24 ਵਿਧਾਨਕਾਰਾਂ ਦੀ ਹਮਾਇਤ ਦਾ ਦਾਵਾ ਕਰ ਰਹੇ ਨੇ ਸਚਿਨ ਪਾਇਲਟ ਵੱਲੋਂ ਬਗਾਵਤ ਦੀ ਸੂਰਾਂ ਤੋਂ ਬਾਅਦ ਵੀ ਕਾਂਗਰਸ ਨੇ ਅਜੀਤ ਕੁਸਤੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੁੱਖ ਮੰਤਰੀ ਅਸ਼ੋਕ ਗਹਿਲੋਦੀ ਰਿਹائش ਤੇ ਕਾਂਗਰਸ ਵਿਧਾਨਕਾਰ ਪਾਰਟੀ ਦੀ ਕਲ ਹੋਈ ਮੀਟਿੰਗ ਤੋਂ ਬਾਅਦ ਵਿਧਾਨਕਾਰਾਂ ਨੂੰ ਇੱਕ ਹੋਟਲ ਦੇ ਵਿੱਚ ਲਿਜਾਇਆ ਗਿਆ ਸੀ ਵਿਧਾਨਕਾਰ ਮੀਟਿੰਗ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤਾ ਸਮਰਥਨ ਕੀਤਾ ਗਿਆ ਅਤੇ ਸਚਿਨ ਪਾਇਲਟ ਦਾ ਨਾ ਲੈ ਬਗੈਰ ਮੌਕੇ ਤੇ ਪਾਸ ਕੀਤੇ ਗਏ ਮਤੇ 'ਚ ਪਾਰਟੀ ਦੇ ਕਿਸੇ ਵੀ ਅਹੁਦੇਦਾਰ ਤੇ ਕਾਂਗਰਸ ਪਾਰਟੀ ਦੇ ਵਿਧਾਨਕਾਰ ਮੈਂਬਰ ਵਿਰੁੱਧ ਪਾਰਟੀ ਅਨੁਸ਼ਾਸਨ ਪੰਗ ਕਰਨ ਦੀ ਸੂਰਤ ਦੇ ਵਿੱਚ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸਚਿਨ ਪਾਇਲਟ ਇਸ ਵਿਧਾਨਕਾਰ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਸਨ ਇਸੇ ਦੌਰਾਨ ਕਾਂਗਰਸ ਦੀ ਆਹਲਾ ਕਮਾਨ ਸਚਿਨ ਪਾਇਲਟ ਨੂੰ ਮਨੋ ਦੇ ਵਿੱਚ ਲੱਗੀ ਹੋਈ ਹੈ ਸਚਨ ਪਾਇਲਟ ਅਜੇ ਵੀ ਨਰਾਜ਼ ਚੱਲ ਰਹੇ ਨੇ ਉਤਰੀ ਲਦਾਖ ਚ ਭਾਰਤ-ਚੀਨ ਸਰਹੱਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘਟਕਾਉਣ ਦੇ ਲਈ ਲੈਫਟੀਨੈਂਟ ਜਨਰਲ ਪੱਧਰ ਤੇ ਚੌਥੇ ਪੜਾ ਦੀ ਗੱਲਬਾਤ ਅੱਜ ਹੋਵੇਗੀ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਗੱਲਬਾਤ ਮੁੱਖ ਤੌਰ ਤੇ ਅਸਲ ਕੰਟਰੋਲ ਰੇਖਾ ਤੋਂ ਦੋਵਾਂ ਦੇਸ਼ਾਂ ਵੱਲੋਂ ਫੌਜਾਂ ਨੂੰ ਪਿੱਛੇ ਹਟਾਉਣ ਦੇ ਮੁੱਦੇ ਤੇ ਕੇਂਦ੍ਰਿਤ ਹੋਵੇਗੀ ਚੀਨ ਨੇ ਪਹਿਲੇ ਹੋਏ ਸਮਝੌਤੇ ਅਨੁਸਾਰ ਕਈ ਥਾਵਾਂ ਤੋਂ ਆਪਣੀਆਂ ਫੌਜਾਂ ਨੂੰ ਅਸਲ ਕੰਟਰੋਲ ਰੇਖਾ ਤੋਂ ਪਿੱਛੇ ਹਟਾਇਆ ਹੈ ਚੀਨ ਫੌਜ ਨੇ ਆਪਣੀ ਫੌਜ ਨੂੰ ਬੀਤੇ ਹਫਤੇ ਦੌਰਾਨ ਫਿੰਗਰ ਚਾਰ ਵਾਲੀ ਜਗ੍ਹਾ ਤੇ ਵੀ ਫੌਜਾਂ ਦੀ ਗਿਣਤੀ ਘਟਕੀਤੀ ਹੈ ਪਾਰ ਦੇ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਤੇਜ਼ ਵਾਧਾ ਲਗਾਤਾਰ ਜਾਰੀ ਹੈ ਤਾਜ਼ਾ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 9 ਲੱਖ ਤੋਂ ਪਾਰ ਹੋ ਗਈ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 28498 ਕੋਰੋਨਾ ਮਾਮਲੇ ਸਾਹਮਣੇ ਆਏ ਜਿਸ ਮਗਰੋਂ ਦੇਸ਼ ਦੇ ਵਿੱਚ ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 9 ਲੱਖ 6700 ਮੁਬਿੰਜਾ ਤੱਕ ਪਹੁੰਚ ਗਈ ਹੈ ਬੀਤੇ 24 ਘੰਟਿਆਂ ਦੇ ਵਿੱਚ 553 ਕਰੋਨਾ ਮਰੀਜ਼ਾਂ ਦੀਆਂ ਜਾਨਾਂ ਗਈਆਂ ਤੇ ਹੁਣ ਤੱਕ ਇਸ ਮਹਾਮਾਰੀ ਕਾਰਨ 23727 ਲੋਕਾਂ ਦੀ ਮੌਤ ਹੋ ਚੁੱਕੀ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਹੁਣ ਤੱਕ 571460 ਕਰੋਨਾ ਮਰੀਜ਼ ਸਿਹਤਯਾਬ ਹੋਏ ਚਾਹਤ ਕਿ ਇਸ ਵੇਲੇ ਐਕਟਿਵ ਕਰੋਨਾ ਮਰੀਜ਼ਾਂ ਦੀ ਸੰਖਿਆ 311565 ਹੈ ਦੇਸ਼ ਦੇ ਵਿੱਚ ਮਹਾਰਾਸ਼ਟਰ ਸੂਬਾ ਕਰੋਨਾ ਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਹੈ ਜਿੱਥੇ 260924 ਕਰੋਨਾ ਮਰੀਜ਼ ਪਾਏ ਗਏ ਨੇ ਅਤੇ 10482 ਕਰੋਨਾ ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਇਸ ਦੌਰਾਨ ਕਰੋਨਾ ਵਾਇਰਸ ਲਈ ਪੋਜ਼ਿਟਿਵ ਪਾਇਜਾਂ ਤੋਂ ਬਾਅਦ ਮੁੰਬਈ ਦੇ ਨਾਨਾਵਤੀ ਹਸਪਤਾਲ ਦੇ ਵਿੱਚ ਦਾਖਲ ਸੁਪਰਸਟਾਰ ਅਮਿਤਾ ਬੱਚਨ ਤੇ ਉਹਨਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੀ ਹਾਲਤ ਸਥਿਰ ਹੈ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਹੈ ਕਿ ਦੋਵਾਂ ਦਾ ਇਲਾਜ ਠੀਕ ਚੱਲ ਰਿਹਾ ਹੈ ਪਰ ਉਹਨਾਂ ਨੂੰ ਕਟੋਕਾਟੀ ਹਫ਼ਤਾ ਹਸਪਤਾਲ ਦੇ ਵਿੱਚ ਰਹਿਣਾ ਪਵੇਗਾ ਤਾਮਿਲਨਾਡੂ ਦੇ ਵਿੱਚ 1,42,498 ਕਰੋਨਾ ਮਾਮਲੇ ਸਾਹਮਣੇ ਆਏ ਨੇ ਅਤੇ 2032 ਕਰੋਨਾ ਮਰੀਜ਼ਾਂ ਦੀਆਂ ਜਾਨਾਂ ਗਈਆਂ ਇਸ ਦੌਰਾਨ ਤਾਮਲनाडु ਦੇ ਮੁੱਖ ਮੰਤਰੀ ਕੇ ਪਲਨ ਸਵਾਮੀ ਦੀ ਕਰੋਨਾ ਵਾਇਰਸ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਇੱਕ ਮਹੀਨੇ ਦੇ ਵਿੱਚ ਦੂਸਰੀ ਵਾਰ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਇਸ ਬਾਰੇ ਜਾਣਕਾਰੀ ਅੱਜ ਚਨਈ ਦੇ ਵਿੱਚ ਸਰਕਾਰੀ ਤੌਰ ਤੇ ਦਿੱਤੀ ਗਈ ਦਿੱਲੀ ਦੇ ਵਿੱਚ 113740 ਮਰੀਜ਼ਾਂ ਦੇ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਤੇ 3411 ਕਰੋਨਾ ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਗੁਜਰਾਤ ਦੇ ਵਿੱਚ ਵੀ ਕਰੋਨਾ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 42722 ਤੇ ਪਹੁੰਚ ਗਈ ਹੈ ਤੇ 2055 ਮਰੀਜ਼ਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ ਪੰਜਾਬ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਵਿਚਵਾਦਾ ਲਗਾਤਾਰ ਜਾਰੀ ਹੈ ਤਾਜ਼ਾ ਅੰਕੜਿਆਂ ਅਨੁਸਾਰ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 8178 ਹੋ ਗਈ ਹੈ ਤੇ ਇਸ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 204 ਤੱਕ ਪਹੁੰਚ ਗਈ ਹੈ ਕਰੋਨਾ ਵਾਇਰਸ ਤੋਂ ਸਿਹਤਿਆਬ ਹੋਣ ਵਾਲਿਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਹੈ ਤੇ ਹੁਣ ਤੱਕ 5000 586 ਕਰੋਨਾ ਬੀੜ ਸਿਹਤਿਆਭੋ ਕੇ ਆਪਣੇ ਘਰੀ ਪਰਤੇ ਨੇ ਇਸ ਵੇਲੇ ਸੂਬੇ ਦੇ ਵਿੱਚ 2388 ਕਰੋਨਾ ਦੇ ਐਕਟਿਵ ਮਾਮਲੇ ਨੇ ਲੁਧਿਆਣਾ ਜਲੰਧਰ ਤੇ ਅਮ੍ਰਿਤਸਰ ਦੇ ਵਿੱਚ ਲਗਾਤਾਰ ਕਰੋਨਾ ਦੇ ਵਧ ਰਹੇ ਪ੍ਰਭਾਵ ਹੇਠ ਨੇ ਲੁਧਿਆਣਾ ਦੇ ਵਿੱਚ 1441 ਜਲੰਧਰ ਦੇ ਵਿੱਚ 1276 ਤੇ ਅਮ੍ਰਿਤਸਰ ਦੇ ਵਿੱਚ 1087 ਕਰੋਨਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਮਾਨਸਾ ਦੇ ਵਿੱਚ 63 ਮਾਮਲੇ ਨੇ ਜੋ ਸੂਬੇ ਵਿੱਚ ਸਭ ਤੋਂ ਘੱਟ ਗਿਣਤੀ ਵਾਲੇ ਨੇ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸਿਤਰਮਨ ਨੇ ਕੱਲ ਨਵੀਂ ਦਿੱਲੀ ਦੇ ਵਿੱਚ ਇੱਕ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਤੇ ਇਸ ਮੀਟਿੰਗ ਦੇ ਵਿੱਚ ਖੇਤੀਬਾੜੀ ਸਹਿਕਾਰਤਾ ਤੇ ਕਿਸਾਨਾਂ ਦੀ ਭਲਾਈ ਦੇ ਲਈ ਇਸ ਯੋਜਨਾ ਤਹਿ ਚੁੱਕੇ ਗਏ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਵਿੱਚ 2016 ਤੋਂ ਲੈ ਕੇ ਹੁਣ ਤੱਕ ਦੀ ਕਾਰਗੁਜ਼ਾਰੀ ਤੇ ਵਿਸਤ੍ਰਿਤ ਚਰਚਾ ਕੀਤੀ ਗਈ। ਖਜ਼ਾਨਾ ਮੰਤਰੀ ਨੇ ਇਸ ਯੋਜਨਾ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਵਾਉਣ ਦੇ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਕਿਉਂਕਿ ਹੁਣ ਇਸ ਸਕੀਮ ਸਾਰੇ ਕਿਸਾਨਾਂ ਦੇ ਲਈ ਸਵੈਚ ਰਚਕ निर्मला सीतारामन ने सूब्या ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਕਿਸਾਨਾਂ ਦੇ ਕਲੇਮਸ ਨੂੰ ਸਮੇਂ ਸਿਰ ਨਿਪਟਾਉਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਕਿ ਇਸ ਸਕੀਮ ਹੇਠ ਕਿਸਾਨਾਂ ਦੇ ਲੰਬਿਤ ਕਲੇਮਸ ਦਾ ਜਲਦੀ ਤੋਂ ਜਲਦੀ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਪਾਰਟੀ ਯੂਰਪੀ ਯੂਨੀਅਨ ਸੰਮੇਲਨ ਦੀ 15ਵੀਂ ਮੀਟਿੰਗ ਵਰਚੁਅਲ ਮੋਡ ਰਾਹੀਂ ਪਲਕੇ ਹੋਵੇਗੀ ਤੇ ਇਸ ਸੰਮੇਲਨ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਾਈਕਲ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੋਂ ਡੇਰਲੀਆਂ ਸਾਂਝੇ ਤੌਰ ਤੇ ਕਰਨਗੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਸੰਮੇਲਨ ਦੇ ਵਿੱਚ ਵਿਸ਼ਵ ਮਹਾਮਾਰੀ ਕੋਵਿਡ-19 ਬਾਰੇ ਵਿਚਾਰ-ਚਰਚਾ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਇਸ ਮਹਾਮਾਰੀ ਦਾ ਵਿਦੇਸ਼ੀ ਵਪਾਰ ਲੋਕਾਂ ਦੇ ਔਨਜਾਨ ਤੇ ਹੋਰ ਖੇਤਰਾਂ ਉੱਤੇ ਪਏ ਅਸਰ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਸੂਤਰਾ ਨੇ ਦੱਸਿਆ ਕਿ ਭਾਰਤ ਤੇ ਯੂਰਪੀ ਯੂਨੀਅਨ ਸੰਬੰਧ ਦਾ ਵਪਾਰ ਤੇ ਨਿਵੇਸ਼ ਤੇ ਅਰਥਚਾਰੇ ਬਾਰੇ ਵੀ ਗੱਲਬਾਤ ਹੋਵੇਗੀ ਤੇ ਇਸ ਸੰਮੇਲਨ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਯੂਰੋਪੀਅਨ ਕਮਿਸ਼ਨ ਤੇ ਯੂਰੋਪੀ ਕੌਂਸਲ ਦੇ ਪ੍ਰਧਾਨਾਂ ਨੇ ਆਪਣੇ ਅਹੁਦੇ ਪਿਛਲੇ ਦਸੰਬਰ ਵਿੱਚ ਹੀ ਸੰਭਾਲ ਲਏ ਸੰਮੇਲਨ ਦੀ ਪਿਛਲੀ ਮੀਟਿੰਗ 2017 ਦੇ ਵਿੱਚ ਹੋਈ ਸੀ ਅਤੇ ਇਸ ਸੰਮੇਲਨ ਨੂੰ ਹੋਣ ਦੇ ਵਿੱਚ ਆਇਆ 20 ਸਾਲ ਹੋ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਪ੍ਰਸ਼ਾਸਨ ਨੇ ਅਜ ਤੋਂ ਦਰਵਾਜ਼ੇ ਖੋਲ੍ਹ ਦਿੱਤੇ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸੈਲਾਨੀਆਂ ਲਈ ਕੋਵੀਡ-19 ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਨੇ ਪ੍ਰਸ਼ਾਸਨ ਨੇ ਕਿਹਾ ਕਿ ਸਲਾਨੀਆਂ ਲਈ ਜੰਮੂ ਕਸ਼ਮੀਰ ਪੜਾਵਾਰ ਖੋਲਿਆ ਜਾ ਰਿਹਾ ਹੈ ਪਹਿਲੇ ਪੜਾਅ ਦੇ ਵਿੱਚ ਹਵਾਈ ਜਹਾਜ਼ ਰਾਹੀਂ ਹੀ ਸਲਾਨੀ ਜੰਮੂ ਕਸ਼ਮੀਰ ਵਿਚ ਆ ਸਕਣਗੇ ਤਿੰਨ ਸਲਾਨੀਆਂ ਦਾ ਹਵਾਈ ਅੱਡੇ ਤੇ ਪਹੁੰਚਣ ਤੇ ਆਰਟੀਪੀਸੀਆਰ ਟੈਸਟ ਜ਼ਰੂਰੀ ਹੋਵੇਗਾ ਜੰਮੂ ਕਸ਼ਮੀਰ ਆਉਣ ਤੋਂ ਪਹਿਲਾਂ ਹੋਟਲ ਬੁਕਿੰਗ ਕਰਾਉਣੀ ਜ਼ਰੂਰੀ ਹੈ ਸਾਰੇ ਸਲਾਨੀਆਂ ਨੂੰ ਆਪਣੀ ਰਿਟਰਨ ਟਿਕਟ ਵੀ ਵਿਖਾਉਣੀ ਹੋਵੇਗੀ 65 ਸਾਲ ਤੋਂ ਜ਼ਿਆਦਾ ਉਮਰ ਦੀ ਵਿਅਕਤੀਆਂ ਨੂੰ ਜੰਮੂ ਕਸ਼ਮੀਰ ਨਾਮ ਦੀ ਸਲਾਹ ਦਿੱਤੀ ਗਈ ਹੈ ਜੇਕਰ ਸਲਾਨੀ ਯਾਤਰਾ ਸ਼ੁਰੂ ਕਰਨ ਵਾਲੀ ਜਗ੍ਹਾ ਤੋਂ ਕੋਵਿਡ-19 ਟੈਸਟ ਬਾਰੇ ਨੈਗੇਟਿਵ ਰਿਪੋਰਟ ਲੈ ਕੇ ਆਉਂਦੇ ਨੇ ਤਾਂ ਰੈਣਾ ਪਵਿਕਾ ਰਿਪੋਰਟ 네ਗੇਟਿਵ ਰਿਪੋਰਟ ਪੋਜ਼ਿਟਿਵ ਹੋਣ ਦੀ ਸੂਰਤ ਦੇ ਵਿੱਚ ਪ੍ਰੋਟੋਕੋਲ ਮੁਤਾਬਿਕ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਸਾਰੇ ਸਲਾਹਨੀਆਂ ਦੇ ਲਈ ਅਰੋਗਿਆ ਸੇਤੂ ਐਪ ਫੋਨ ਦੇ ਵਿੱਚ ਰੱਖਣੀ ਜ਼ਰੂਰੀ ਹੈ ਉੱਤਰ ਪ੍ਰਦੇਸ਼ ਪੁਲਿਸ ਨੇ ਕਾਨਪੂਰ ਦੇ ਬਿਗਰੂਪੈਂਡ ਦੇ ਵਿੱਚ ਗੈਂਗਸਟਰ ਵਿਕਾਸ ਸੂਬੇ ਤੇ ਉਸ ਦੇ ਸਾਥੀਆਂ ਵੱਲੋਂ ਪੁਲਿਸ ਪਾਰਟੀ ਤੇ ਕੀਤੇ ਹਮਲੇ ਦੇ ਇੱਕ ਦੋਸ਼ੀ ਨੂੰ ਅੱਜ ਚੋਬੇਪੁਰ ਤੋਂ ਗ੍ਰਿਫਤਾਰ ਕੀਤਾ ਹੈ ਉੱਤਰ ਪ੍ਰਦੇਸ਼ ਪੁਲਿਸ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸ਼ਸ਼ੀਕਾਂਤ ਨਾਦੇਸ ਗੈਂਗਸਟਰ ਦੀ ਗ੍ਰਿਫਤਾਰੀ ਦੇ ਲਈ 50000 ਦਾ ਇਨਾਮ ਰੱਖਿਆ ਗਿਆ ਸੀ ਪੁਲਿਸ ਵੱਲੋਂ ਗੈਂਗਸਟਰ ਸ਼ਸ਼ੀकांत ਨੂੰ ਕੀਤੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਇੱਕ AK47 ਰਾਈਫਲ 17 ਗਾਰਤੂ ਸਤੇ ਇੱਕ ਇਨਸਾਸ ਰਾਈਫਲ ਬਰਾਮਦ ਕੀਤੀ ਹੈ ਇਹ ਹਥਿਆਰ ਵਿਕਾਸ ਦੁੱਬੇ ਦੇ ਗੈਂਗ ਵੱਲੋਂ ਪੁਲਿਸ ਟੁਕੜੀ ਤੇ ਕੀਤੇ ਹਮਲੇ ਦੌਰਾਨ ਖੋਏ ਗਏ ਸਨ ADG ਨੇ ਦੱਸਿਆ ਹੈ ਕਿ ਕਾਨਪੂਰ ਕਟਨਾ ਦਿਲੇ ਜ਼ਿੰਮੇਵਾਰ 21 ਦੋਸ਼ੀਆਂ ਵਿੱਚੋਂ 6 ਮਾਰੇ ਗਏ ਨੇ 4 ਗ੍ਰਿਫਤਾਰ ਕਰ ਲਏ ਗਏ ਨੇ ਤੇ 11 ਦੀ ਪਾਲ ਜਾਰੀ ਹੈ ਪਛਮੀ ਬੰਗਾਲ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਇੱਕ ਵਫਤ ਨੇ ਪਾਰਟੀ ਦੇ ਸੀਨੀਅਰ ਨੇਤਾ ਕੇਲਾਸ਼ ਵਰਗਵੀਏ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਮੁਲਾਕਾਤ ਕਰਕੇ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਦੇ ਮੱਦੇਨਜ਼ਰ ਸੂਬਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ ਪਾਰਟੀ ਦੇ ਵਫਤ ਨੇ ਇਸ ਸੰਬੰਧ ਦੇ ਵਿੱਚ ਰਾਸ਼ਟਰਪਤੀ ਨੂੰ ਇੱਕ ਚਿੱਠੀ ਸੌਂਪੀ ਹੈ ਇਸ ਦਿਨਾਲ ਹੀ ਖਬਰਾਂ ਦਾ ਬੁਲਟਨ ਖਤਮ ਹੁੰਦਾ ਹੈ ਦਿਓ ਇਜਾਜ਼ਤ ਨਮਸਕਾਰ